ਭਾਰਤ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਜਿੱਥੇ ਉਹਨਾਂ ਪਰੇਡ ਤੋਂ ਸਲਾਮੀ ਲਈ ਤੇ ਸੰਬੋਧਨ ਕਰਦੇ ਹੋਏ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਕਾਂਗਰਸ ਦੇ ਪਿਛਲੇ ਕਾਰਜਕਾਲ ਨੂੰ ਅਸਿੱਧੇ ਢੰਗ ਨਾਲ ਨਿਸ਼ਾਨੇ ਤੇ ਲੈ ਕੇ ਕਾਰਜਸ਼ੈਲੀ ਨੂੰ ਬੇਹੱਦ ਘੱਟ ਰਫ਼ਤਾਰ ਵਾਲੀ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਹਰ ਪੱਖ ਨੂੰ ਛੂਹਿਆ, ਕਿਸਾਨਾਂ, ਮੁਸਲਿਮ ਔਰਤਾਂ, ਕਸ਼ਮੀਰ ਅਤੇ ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਜ਼ਿਕਰ ਵੀ ਕੀਤਾ ਤੇ ਦਾਅਵਾ ਕੀਤਾ ਕਿ ਭਾਰਤ ਦੇ ਲੋਕਾਂ ਨੇ ਭਾਜਪਾ ਤੇ ਵਿਸ਼ਵਾਸ ਕੀਤਾ ਤੇ ਅੱਗੇ ਵੀ ਕਰਦੇ ਰਹਿਣਗੇ। ਮੋਦੀ ਵੱਲੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਜ਼ਿਕਰ ਕੀਤਾ ਗਿਆ। ਖਾਸ ਤੌਰ ਤੇ ਭਾਸ਼ਣ ਦੌਰਾਨ ਉਹਨਾਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਭਾਜਪਾ ਨੂੰ ਦੱਸ ਦਿੱਤਾ। ਮੇਰੇ ਪਿਆਰੇ ਦੇਸ਼ਵਾਸੀਓ, ਅਭੀ ਅਭੀ ਲੋਕਸਭਾ ਰਾਜ ਸਭਾ ਕੇ ਸਤਰ ਪੂਰੇ ਹੋਏ ਔਰ ਆਪਨੇ ਦੇਖਾ ਹੋਗਾ ਕਿ ਸਦਨ ਬਹੁਤ ਅੱਛੇ ਢੰਗ ਸੇ ਚਲੇ ਔਰ ਇੱਕ ਪ੍ਰਕਾਰ ਸੇ ਸੰਸਦ ਕੇ ਇਹ ਸਤਰ ਪੂਰੀ ਤਰ੍ਹਾਂ ਸਮਾਜਿਕ ਨਿਆਂ ਕੋ ਸਮਰਪਿਤ ਹੈ। ਦਲਿਤ ਹੋ, ਪੀੜਿਤ ਹੋ, ਸ਼ੋਸ਼ਿਤ ਹੋ, ਵੰਚਿਤ ਹੋ, ਮਹਿਲਾਏ ਹੋ, ਉਨਕੇ ਹੱਕੋਂ ਕੀ ਰਕਸ਼ਾ ਕਰਨੇ ਕੇ ਲੀਏ ਹਮਾਰੀ ਸੰਸਦ ਨੇ ਸੰਵੇਦਨਸ਼ੀਲਤਾ ਔਰ ਸਜਾਗਤਾ ਕੇ ਸਾਥ ਸਮਾਜਿਕ ਨਿਆਂ ਕੋ ਔਰ ਅਧਿਕ ਬਲਵੱਤਰ ਬਣਾਇਆ। ਯਹ ਆਜ਼ਾਦੀ ਐਸੇ ਹੀ ਨਹੀਂ ਮਿਲੀ, ਪੂਜ ਬਾਪੂ ਕੇ ਨੇਤ੍ਰਤਵ ਮੇਂ ਅਨੇਕ ਮਹਾਪੁਰਸ਼ੋ ਨੇ, ਅਨੇਕ ਵੀਰ ਪੁਰਸ਼ੋ ਨੇ, ਕ੍ਰਾਂਤੀਕਾਰੀਓ ਕੇ ਨੇਤ੍ਰਤਵ ਮੇਂ ਅਨੇਕ ਨੌਜਵਾਨੋ ਨੇ, ਸਤਿਆਗ੍ਰਹ ਕੀ ਦੁਨੀਆ ਮੇਂ ਰਹਿਣੇ ਵਾਲੋ ਨੇ ਜਵਾਨੀ ਜੇਲੋ ਮੇਂ ਕਾਟ ਕਰਕੇ ਹਮੇ ਦੇਸ਼ ਕੋ ਆਜ਼ਾਦੀ ਦਿਲਾਈ। ਲੇਕਿਨ ਆਜ਼ਾਦੀ ਕੇ ਸੰਘਰਸ਼ ਮੇਂ ਸਪਨੋ ਕੋ ਵੀ ਸੰਜੋਇਆ ਹੈ, ਭਾਰਤ ਕੇ ਭਵਯ ਰੂਪ ਕੋ ਵੀ ਉਹਨਾਂ ਮਨ ਮੇਂ ਅੰਕਿਤ ਕੀਆ ਹੈ। ਔਰ ਆਜ਼ਾਦੀ ਕੇ ਕਈ ਵਰਸ਼ ਪਹਿਲੇ ਤਮਿਲਨਾਡੂ ਕੇ ਰਾਸ਼ਟਰ ਕਵੀ ਸੁਬ੍ਰਮਣਿਯਮ ਭਾਰਤੀ ਨੇ ਆਪਣੇ ਸਪਨੋ ਕੋ ਸ਼ਬਦੋਂ ਮੇਂ ਪਿਰੋਇਆ ਥਾ ਔਰ ਉਹਨੇ ਲਿਖਾ ਥਾ, ਐਲਾਰੂਮ ਅਮਰ ਨੀਲੀਈ, ਐਡੂਮ ਨਨ ਮੁਰੈਈ, ਇੰਡੀਆ ਅਲੀਗਿਰਿਕੂ ਅਲਿਕੁਮ, ਇੰਡੀਆ ਉਲਾਗਿਰਿਕੂ ਅਲਿਕੁਮ, ਯਾਨੀ ਕਿ ਭਾਰਤ ਉਹਨੇ ਆਜ਼ਾਦੀ ਕੇ ਬਾਅਦ ਕਿਆ ਸਪਨਾ ਦੇਖਾ ਥਾ। ਸੁਬ੍ਰਮਣਿਯਮ ਭਾਰਤੀ ਨੇ ਕਿਹਾ ਥਾ, ਭਾਰਤ ਪੂਰੀ ਦੁਨੀਆ ਕੇ ਹਰ ਤਰ੍ਹਾਂ ਕੇ ਬੰਧਨੋ ਸੇ ਮੁਕਤੀ ਪਾਣੇ ਕਾ ਰਾਸਤਾ ਦਿਖਾਏਗਾ।